ਜਿਨ੍ਹਾਂ ਨੂੰ ਅਹੁਦੇ ਨਸੀਬ ਹੋ ਗਏ ਉਹਨਾਂ ਨੂੰ ਮੁਬਾਰਕ ਹੋਵੇ। ਜਿਹੜੇ ਕਿਸੇ ਅਹੁਦੇ 'ਚ ਵੀ ਨਹੀਂ ਆਏ ਉਹ ਵੀ ਇਹ ਨਾ ਸਮਝਣ ਕਿ ਸਾਨੂੰ ਅਹੁਦਾ ਕੋਈ ਨਹੀਂ ਮਿਲਿਆ। ਮੇਰੇ ਆਕਾ ਨੇ ਫਰਮਾਇਆ ਮੇਰੀ ਸਾਰੀ ਉਮਤ ਮੁਬੱਲਗ ਹੈ। ਦੀਨ ਮੌਲਵੀਆਂ ਦੇ ਘਰ ਦਾ ਨਹੀਂ, ਦੀਨ ਪੀਰਾਂ ਦੇ ਘਰ ਦਾ ਨਹੀਂ। ਮੇਰੇ ਆਕਾ ਨੇ ਫਰਮਾਇਆ ਮੇਰੀ ਸਾਰੀ ਉਮਤ ਮੁਬੱਲਗ ਹੈ। ਇਹ ਸਾਰੇ ਜਿਹੜੇ ਨੇ ਦੋਸਤ, ਇਹਨਾਂ ਨੂੰ ਚਾਹੀਦਾ ਹੈ ਕਿ ਆਪਣੀ ਹਿੰਮਤ ਜਾਰੀ ਰੱਖਣ। ਅਗਲੇ ਪ੍ਰੋਗਰਾਮ ਵਿੱਚ ਕਮ ਅਜ਼ ਕਮ ਇੱਕ ਇੱਕ ਬੰਦਾ ਲੈ ਕੇ ਆਓ ਤਾਂ ਫਿਰ ਇੱਥੇ ਜਗ੍ਹਾ ਨਹੀਂ ਮਿਲੇਗੀ। ਤੁਹਾਨੂੰ ਲੋਕ ਆਖਦੇ ਹੋਣਗੇ ਤੁਸੀਂ ਹਰ ਮਹੀਨੇ ਜਾਂਦੇ ਹੋ, ਕਈ ਉਹ ਵੀ ਐਣ ਕਿ ਹਰ ਜਲਸੇ ਵਿੱਚ ਜਾਂਦੇ ਨੇ, ਮਜ਼ਦੂਰੀ ਵੀ ਕਰਦੇ ਨੇ, ਰਾਤ ਨੂੰ ਜਿੱਥੇ ਜਲਸਾ ਹੁੰਦਾ ਉਹ ਪਹੁੰਚ ਜਾਂਦੇ ਨੇ। ਉਹ ਤੁਹਾਨੂੰ ਪੁੱਛਣਗੇ ਤੁਹਾਨੂੰ ਉੱਥੋਂ ਕੀ ਮਿਲਿਆ। ਹੁਣ ਜਿੰਨਾ ਕਣਕਾਂ ਅੱਜ ਬੀਜੀਆਂ ਨੇ ਉਹਨਾਂ ਕੋਲ ਤਾਂ ਨਹੀਂ ਪੁੱਛਦੇ ਵੀ ਦਾਣੇ ਤੁਹਾਡੇ ਕਿਤਨੇ ਹੋਏ, ਉਹਦਾ ਹੀ ਇਹਨਾਂ ਨੂੰ ਪਤਾ ਹੈ ਵੀ ਉਹ ਟਾਈਮ ਨਾਲ ਦਾਣੇ ਪੁੱਛਾਂਗੇ ਨਾ। ਦੋਸਤੋ ਇਹ ਵੀ ਐਵੇਂ ਹੀ ਕਿਆਮਤ ਨੂੰ ਪੁੱਛਿਆ ਜੇ ਵੀ ਤੁਹਾਨੂੰ ਕੀ ਮਿਲਿਆ ਉੱਥੋਂ। ਮੌਲਾਨਾ ਰੂਮ ਰਹਿਮਤੁੱਲਾ ਅਲੈਹ ਫਰਮਾਉਂਦੇ ਨੇ ਸਮੁੰਦਰ ਦੇ ਤਹਿ ਥੱਲੇ ਸਿੱਪਾਂ ਹੁੰਦੀਆਂ ਨੇ, ਉਹ ਹਰ ਰੋਜ਼ ਸਫ਼ਰ ਕਰਦੀਆਂ, ਉਤਲੀ ਤਹਿ 'ਤੇ ਆਣ ਕੇ ਅਤੇ ਮੂੰਹ ਖੋਲਦੀਆਂ ਨੇ, ਕਿਤਨੀ ਦੇਰ ਖੋਲ੍ਹੀ ਰੱਖਦੀਆਂ ਨੇ ਫਿਰ ਵਾਪਸ ਜਾਂਦੀਆਂ ਨੇ। ਹਰ ਰੋਜ਼ ਦਾ ਇਹ ਅਮਲ ਹੈ ਉਹਨਾਂ ਦਾ। ਕਦੇ ਖੁਦਾ ਦੀ ਕੁਦਰਤ ਨਾਲ ਉਹ ਸਿੱਪ ਦੇ ਮੂੰਹ ਵਿੱਚ ਰਹਿਮਤ ਦੀ ਕਣੀ ਪੈ ਜਾਵੇ, ਕਤਰਾ ਪੈ ਜਾਵੇ, ਉਹ ਮੋਤੀ ਬਣ ਜਾਂਦਾ। ਦੁਨੀਆਂ ਸਿੱਪਾਂ ਜਿਹੜੀਆਂ ਨੇ ਉਹ ਮੁੜ ਸਫ਼ਰ ਜਾਰੀ ਰੱਖਦੀਆਂ, ਹਰ ਰੋਜ਼ ਆਉਂਦੀਆਂ ਜਾਂਦੀਆਂ। ਅਸੀਂ ਸਾਰੇ ਸਿੱਪਾਂ ਹਾਂ, ਆਣ ਕੇ ਮੂੰਹ ਖੋਲ੍ਹਣੀਆਂ ਖਵਾਰੇ, ਕਦੋਂ ਰਹਿਮਤ ਦਾ ਕਤਰਾ ਮੂੰਹ ਵਿੱਚ ਆ ਜਾਵੇ ਉਹ ਮੋਤੀ ਬਣ ਜਾਵੇ। ਹਰ ਰੋਜ਼ ਆਪਣੇ ਅੰਦਰ ਵੇਖਿਆ ਕਰੋ ਕਿ ਮੈਨੂੰ ਫਾਇਦਾ ਕੀ ਹੋਇਆ। ਬੇਈਮਾਨੀ ਛੁੱਟ ਗਈ, ਲਾਲਚ ਛੁੱਟ ਗਿਆ, ਹਸਦ ਛੁੱਟ ਗਿਆ। ਪੀਰ ਪਕੜਨ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਇਹਨਾਂ ਚੀਜ਼ਾਂ ਕੋਲੋਂ ਨਿਜਾਤ ਮਿਲ ਜਾਵੇ। ਪੀਰ ਦੇ ਬਗੈਰ ਨਿਮਾਜ਼ੀ ਤਾਂ ਬੰਦਾ ਬਣ ਜਾਂਦਾ, ਪੀਰ ਦੇ ਬਗੈਰ ਦਾੜੀ ਤਾਂ ਰੱਖ ਲੈਂਦਾ, ਪੀਰ ਦੇ ਬਗੈਰ ਆਲਮ ਹੀ ਬਣ ਜਾਂਦਾ, ਤਹੱਜਦ ਵੀ ਪੜੇਗਾ। ਲੇਕਿਨ ਇਹ ਬਿਮਾਰੀਆਂ ਜਿਹੜੀਆਂ ਨੇ ਇਹ ਪੀਰ ਦੇ ਦੂਰ ਕੀਤਿਆਂ ਹੁੰਦੀਆਂ ਨੇ। ਹੁਣ ਜਿਹੜਾ ਮਰੀਜ਼ ਆਉਂਦਾ ਹੀ ਨਹੀਂ ਡਾਕਟਰਾਂ ਦਾ ਕੀ ਇਲਾਜ ਕਰੇਗਾ। ਅਸੀਂ ਪੀਰ ਕੋਲ ਜਾ ਵੀ ਗਏ ਨਾ ਅਤੇ ਫਿਰ ਆਖਣ ਯਾਰ ਸਾਰਾ ਸਾਨੂੰ ਤਾਂ ਫਾਇਦਾ ਹੋਇਆ, ਕੋਈ ਘਰ ਬੈਠਿਆਂ ਤਾਂ ਫਾਇਦਾ ਨਹੀਂ ਹੁੰਦਾ। ਆਉਂਦੇ ਰਹੋ ਜਾਂਦੇ ਰਹੋ, ਕਦੇ ਤਾਂ ਉਹ ਵਕਤ ਆਵੇਗਾ ਕਿ ਸਾਡੇ ਮੂੰਹ ਵਿੱਚ ਉਹ ਰਹਿਮਤ ਦੀ ਕਣੀ ਪੈ ਜਾਵੇਗੀ, ਸਾਡੇ 'ਚ ਮੋਤੀ ਬਣ ਜਾਵੇ। ਜਿਤਨਾ ਵੀ ਆਪਣੇ ਅੰਦਰ ਐਬ ਨੇ ਮੈਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ, ਕਿਸੇ ਦੇ ਐਬ ਵੇਖਣ ਦੀ ਬਜਾਏ ਬੰਦੇ ਆਪਣੇ ਐਬ ਵੇਖਣ ਅਤੇ ਉਹ ਚੰਗੇ ਬਣ ਜਾਣ। ਆਪਣਾ ਐਬ ਤਾਂ ਅਸੀਂ ਐਨੇ ਵੇਖੇ ਕੋਈ, ਇਹ ਕੋਈ ਸਾਨੂੰ ਦੱਸਿਆ ਹੀ ਨਾ। ਅਸੀਂ ਤਾਂ ਰਾਜ਼ੀ ਹੁੰਦੇ ਹਾਂ ਕਿ ਲੋਕ ਸਾਡੀ ਤਾਰੀਫ ਕਰਦੇ ਰਹਿਣ, ਲੋਕ ਸਾਡੇ ਹੱਥ ਚੁੰਮਦੇ ਰਹਿਣ, ਜਦੋਂ ਅਸੀਂ ਆਵੀਏ ਤਾਂ ਲੋਕ ਖੜ੍ਹੇ ਹੋ ਜਾਵਣ, ਵੀ ਕੀ ਫਾਇਦਾ ਹੋਵੇ। ਜੇ ਤੂੰ ਚੰਗਾ ਹੀ ਨਹੀਂ, ਲੋਕ ਤੈਨੂੰ ਚੰਗਾ ਆਖਣ ਲੱਗ ਪਏ ਤਾਂ ਤੈਨੂੰ ਤਾਂ ਤੋਬਾ ਕਰਨੀ ਵੀ ਔਖੀ ਹੋ ਜਾਵੇਗੀ। ਤੂੰ ਇਹੀ ਸਮਝੇਗਾ ਸ਼ਾਇਦ ਮੈਂ ਚੰਗਾ ਹੀ ਹੋ ਗਈ। ਨਹੀਂ, ਆਪਣਾ ਪਤਾ ਹੁੰਦਾ ਹੈ ਕਿ ਮੈਂ ਹੇਰਾ ਫੇਰੀ ਕਰਨਾ ਕਿ ਨਹੀਂ, ਮੇਰੇ ਸੀਨੇ ਵਿੱਚ ਲਾਲਚ ਹੈ ਕਿ ਨਹੀਂ, ਮੈਂ ਆਪਣੇ ਭਾਈ ਨਾਲ ਹਸਦ ਕਰਨਾ, ਮੇਰੇ ਸੀਨੇ ਵਿੱਚ ਤਕੱਬਰ ਹੈ ਕਿ ਨਹੀਂ। ਇਮਾਮ ਜਾਫਰ ਸਾਦਕ ਕੋਲੋਂ ਕਿਸੇ ਪੁੱਛਿਆ ਬਈ ਜੀ ਤਕੱਬਰ ਦੀ ਤਾਰੀਫ ਕੀ, ਆਪ ਨੇ ਫਰਮਾਇਆ ਸਾਰੇ ਜਹਾਨ ਵਿੱਚੋਂ ਇੱਕ ਬੰਦੇ ਨੂੰ ਵੀ ਤੂੰ ਆਪਣੇ ਨਾਲੋਂ ਘੱਟ ਸਮਝ। ਸਾਰਾ ਜਹਾਨ ਸਾਨੂੰ ਤਾਂ ਆਪਣੇ ਘਰ 'ਚ ਵੀ ਚੰਗਾ ਕੋਈ ਨਹੀਂ ਲੱਗਦਾ, ਬਾਜ਼ਾਰ ਜਾਵੀਏ ਤਾਂ ਉੱਥੇ ਚੰਗਾ ਕੋਈ ਨਹੀਂ ਲੱਗਦਾ, ਮਸੀਤੇ ਜਾਵੀਏ ਤਾਂ ਨਿਮਾਜ਼ੀ ਚੰਗਾ ਕੋਈ ਨਹੀਂ ਲੱਗਦਾ,
ਕਈ ਤਾਂ ਉਹ ਵੀ ਹੁੰਦੇ ਨੇ ਜਿਨ੍ਹਾਂ ਨੂੰ ਇਮਾਮ ਮਸਜਿਦ ਵੀ ਚੰਗਾ ਨਹੀਂ ਲੱਗਦਾ। ਆ ਨਾ ਖੈਰ ਮੈਨੂੰ ਸ਼ੈਤਾਨ ਹੀ ਉਹ ਗੱਲ ਕੀਤੀ ਆਈ ਨਾ, ਮੈਂ ਚੰਗਾ ਹਾਂ ਇਹਦੇ ਨਾਲ, ਜੇ ਤੂੰ ਹੋਵੇਂ ਚੰਗਾ ਲੋਕੀ ਆਖਣ ਮੰਦਾ ਖੁਸ਼ੀਆਂ ਵਿੱਚ ਨਾ ਸਮੋਵੇਂ, ਜੇ ਤੂੰ ਹੋਵੇਂ ਮੰਦਾ ਲੋਕੀ ਆਖਣ ਚੰਗਾ ਫਿਰ ਗੋਸ਼ੇ ਬਹਿ ਬਹਿਰੋਂ, ਲੋਕ ਤੈਨੂੰ ਚੰਗਾ ਆਉਂਦੇ ਪਏ ਨੇ, ਚੰਗਾ ਤੂੰ ਹੈ ਨਹੀਂ, ਹੁਣ ਤੈਨੂੰ ਤਾਂ ਤੌਬਾ ਕਰਨੀ ਵੀ ਔਖੀ ਹੋ ਜਾਵੇ, ਮੈਨੂੰ ਸਾਰੇ ਲੋਕ ਚੰਗਾ ਆਉਂਦੇ, ਲੋਕਾਂ ਦੇ ਆਖਣ ਨਾਲ ਤੂੰ ਚੰਗਾ ਬਣ ਜਾਵੇਂਗਾ, ਜੇ ਤੂੰ ਆਪ ਚੰਗਾ ਨਾ ਬਣੇ ਤਾਂ ਲੋਕਾਂ ਦੇ ਆਖਣ ਨਾਲ ਕਿਵੇਂ ਬਣ ਜਾਵੇਂ। ਹੁਣ ਸਾਰਾ ਪਿੰਡ ਤੈਨੂੰ ਆਖਣ ਲੱਗ ਪਵੇ ਉਹ ਬਾਦਸ਼ਾਹ ਸਾਡਾ ਇੱਥੇ ਫਕੀਰ ਨੂੰ ਸੱਦੇ ਹੀ ਬਾਦਸ਼ਾਹ, ਹੁਣ ਲੋਕਾਂ ਦੇ ਸੱਦਣ ਨਾਲ ਬਾਦਸ਼ਾਹ ਬਣ ਗਿਆ। ਇਹ ਇੱਕ ਇਹ ਵੀ ਹੈ ਕਿ ਤੂੰ ਅਗਰ ਆਪਣੇ ਨਫਸ 'ਤੇ ਕੰਟਰੋਲ ਕਰਨਾ ਚਾਹੁੰਦਾ ਇਹ ਸਬਕ ਯਾਦ ਕਰ ਲਓ। ਕੋਈ ਸਾਨੂੰ ਕੁੱਤਾ ਆਖੇ ਅਤੇ ਕਿੱਡੀ ਕਾਵੜ ਚੜ੍ਹੇਗੀ, ਗੁੱਸਾ ਲੱਗੇਗਾ। ਆਪਣੇ ਦਿਲ ਨੂੰ ਇਹ ਸਮਝਾ ਜੇ ਇਹ ਤੈਨੂੰ ਬਾਦਸ਼ਾਹ ਆਖ ਛੱਡਦਾ ਇਹਦੇ ਆਖਣ ਨੂੰ ਤੂੰ ਬਾਦਸ਼ਾਹ ਬਣ ਜਾਣਾ, ਇਵੇਂ ਇਹਦੇ ਆਖਣ ਨਾਲ ਤੂੰ ਕੁੱਤਾ ਵੀ ਨਹੀਂ ਬਣ ਜਾਣਾ, ਜਿਹੋ ਜਿਹਾ ਤੂੰ ਹੈ ਤੂੰ ਉਹ ਹੋ ਜਾਏ, ਸਾਰੇ ਲੋਕ ਤੇਰੇ ਹੱਥ ਚੁੰਮਣ ਲੱਗ ਪਵਣ, ਕੀ ਇਜ਼ਾਫਾ ਹੋਵੇਗਾ। ਤੂੰ ਤਾਂ ਉਹ ਹੀ ਹੈ ਜਿਹੜਾ ਹੈ, ਲੋਕਾਂ ਦੇ ਹੱਥ ਚੁੰਮਣ ਨਾਲ ਤੂੰ ਚੰਗਾ ਬਣ ਗਿਆ, ਨਹੀਂ ਇਸ ਗੱਲ 'ਤੇ ਖੁਸ਼ ਨਾ ਹੋ, ਇਸ ਗੱਲ 'ਤੇ ਖੁਸ਼ ਹੋ ਕਿ ਪਿਛਲੀ 11ਵੀਂ 'ਤੇ ਮੈਂ ਆਇਆ ਹਾਂ ਅਤੇ ਮੇਰੇ ਵਿੱਚ ਆਇਆ ਖਾਮੀਆਂ ਹਨ। ਇਨਸ਼ਾ ਅੱਲਾ ਤਾਲਾ ਅਗਲੀ 'ਤੇ ਮੈਂ ਆਵਾਂਗਾ ਅਤੇ ਮੈਂ ਇਹਨਾਂ 6 ਬਿਮਾਰੀਆਂ ਵਿੱਚੋਂ ਕਈ ਦੂਰ ਕਰ ਲੈਣੀ। ਉਹ 6 ਬਿਮਾਰੀਆਂ ਕਿਹੜੀਆਂ ਨੇ? ਲਾਲਚ, ਹਸਦ, ਤਕੱਬਰ, ਰਿਆਕਾਰੀ, ਨਫ਼ਰਤ, ਗੁੱਸਾ। ਗੁੱਸਾ ਇੱਕ ਜਾਇਜ਼ ਹੁੰਦਾ ਹੈ, ਇੱਕ ਜਾਇਜ਼ ਨਹੀਂ ਹੁੰਦਾ। ਸ਼ਰੀਅਤ ਦੇ ਮੁਖਾਲਫਤ ਕੋਈ ਕੰਮ ਕਰੇ ਨਾ, ਇਹ ਗੁੱਸਾ ਆ ਜਾਣਾ ਇਹ ਜਾਇਜ਼ ਹੈ, ਇਵੇਂ ਗੁੱਸਾ ਕਰਦਿਆਂ ਰਹਿਣਾ ਇਹ ਜਾਇਜ਼ ਨਹੀਂ। ਇਹਨਾਂ 6 ਚੀਜ਼ਾਂ ਦਾ ਖਿਆਲ ਰੱਖੋ। ਇੱਕ ਲਾਲਚ ਸੀਨੇ 'ਚੋਂ ਨਿਕਲ ਜਾਵੇ ਇਹ ਬਿਮਾਰੀ ਹੈ। ਤੂੰ ਸਮਝਣਾ ਇੱਕ ਵਾਰੇ ਮੈਂ ਸਿਆਣਾ ਪੁੱਤਰ ਜੰਮ ਪਿਆ, ਲਾਲਚ ਨਿਕਲ ਜਾਵੇ ਕੋਈ ਦੁੱਧ 'ਚ ਪਾਣੀ ਪਾਵੇਗਾ, ਕੋਈ ਰਿਸ਼ਵਤ ਲਵੇਗਾ, ਕੋਈ ਫਰਾਡ ਕਿਸੇ ਨਾਲ ਕਰੇਗਾ, ਇਹ ਇੱਕ ਬਿਮਾਰੀ ਦੇ ਨਿਕਲਣ ਨਾਲ ਇਤਨੇ ਗੁਨਾਹ ਬੰਦੇ ਕੋਲੋਂ ਛੁੱਟ ਜਾਂਦੇ। ਇਹ ਕਿਵੇਂ ਮੁੱਕਦੀ? ਆਲਮ ਬਣ ਜਾਵੇਂਗੇ ਤਾਂ ਮੁੱਕ ਜਾਵੇ। ਪੜ ਪੜ ਆਲਮ ਫਾਜ਼ਲ ਹੋਇਆ, ਵੀ ਤਾਲਬ ਹੋਇਆ ਜ਼ਰਦਾ ਹੋ, ਲੱਖ ਹਜ਼ਾਰ ਕਿਤਾਬਾਂ ਪੜ੍ਹੀਆਂ ਇਹ ਜ਼ਾਲਮ ਨਫਸ ਨਾ ਮਰਦਾ ਹੋ, ਔਰ ਬਾਜ ਫਕੀਰਾਂ ਕਿਸੇ ਨਹੀਂ ਮਾਰਿਆ ਬਾਹੂ, ਇਹ ਜ਼ਾਲਮ ਚੋਰ ਅੰਦਰ ਦਾ। ਫਕੀਰਾਂ ਦੀ ਸੋਹਬਤ ਦੇ ਬਗੈਰ ਦੀ ਸਲਾਹ ਨਹੀਂ। ਜੋ ਕੁਝ ਵੀ ਅਸੀਂ ਇੱਥੇ ਕਰਨੇ ਹਾਂ ਅਸੀਂ ਨਕਲ ਕਰਨੇ ਹਾਂ ਬਜ਼ੁਰਗਾਂ ਦੀ, ਅੱਲਾ ਦੀ ਜ਼ਾਤ ਉਹ ਅਸਲ ਕਰ ਦੇ, ਉਹ ਖੁਦਾਵੰਦ ਕਰੀਮ ਅਸਲ ਕਰ ਦੇ। ਜਿਹੜਾ 16ਵੀਂ ਵਿੱਚ ਪੜ੍ਹਦਾ ਉਹ ਵੀ ਤਾਲਬ ਇਲਮ, ਜਿਹੜਾ 1ਵੀਂ 'ਚ ਪੜ੍ਹਦਾ ਉਹ ਵੀ ਤਾਲਬ ਇਲਮ। ਅਸੀਂ ਤਾਲਬ ਇਲਮ ਤਾਂ ਹੈ ਨਾ, ਭਾਵੇਂ 1ਵੀਂ 'ਚ ਹੀ ਪੜ੍ਹਨੇ ਹਾਂ। ਉਸ ਯੂਨੀਵਰਸਿਟੀ ਸਾਡਾ ਦਾਖਲਾ ਹੈ ਜਿਹਦੀਆਂ ਪੂਰੇ ਮੁਲਕ 'ਚ ਦੁੰਮਾਂ ਪਈਆਂ ਹੋਈਆਂ ਨੇ, ਪੂਰੀ ਦੁਨੀਆ 'ਚ ਦੁੰਮਾਂ ਪਈਆਂ। ਸੱਜਣ ਸਾਈਂ ਸਾਡੇ ਮੇਰ ਰਹਿਬਰ, ਜਿਹੜੇ ਦੋਸਤ ਪੂਰੀ ਨਿਸਬਤ ਲਾ ਲਵਣਗੇ ਖਾਲੀ ਨਹੀਂ ਰਵਣਗੇ। ਇੱਕ ਵਾਰੀ ਆਇਆ ਮੁੜ ਸੁਸਤ ਪੈ ਗਿਆ, ਅਤੇ 1ਵੀਂ ਵਾਰ ਤਾਂ ਨਹੀਂ ਬੰਦੇ ਪਾਰ ਚਲੇ ਜਾਂਦੇ, ਜਿਸ ਤੋਂ ਛੋਟਾ ਜਿਹਾ
ਕਈ ਵਾਰ ਡਿੱਗਣਾ, ਤੂੰ ਹਿੰਮਤ ਨਾ ਹਾਰੀ, ਡਿੱਗਦਾ ਫਿਰ ਉੱਠ ਪੈਣਾ, ਡਿੱਗਣਾ ਫਿਰ ਉਹ ਵਕਤ ਵੀ ਆ ਗਿਆ, ਹੁਣ ਡਿੱਗਣਾ, ਹੁਣ ਤੂੰ ਸਹੀ ਚੱਲਣ ਲੱਗ। ਇਵੇਂ ਤਰੀਕਤ 'ਚ ਵੀ ਚੱਲਦਿਆਂ ਚੱਲਦਿਆਂ ਡਿੱਗੇਗਾ ਬੰਦਾ। ਜਿਹੜਾ ਇਸ ਪਾਸੇ ਆ ਜਾਂਦਾ ਹੈ ਨਾ, ਉਹਨੂੰ ਅੱਲਾਹ ਵਾਲੇ ਖਾਲੀ ਨਹੀਂ ਰਹਿਣ ਦਿੰਦਾ। ਉਹ ਕੋਈ ਸਾਇਲ ਆ ਆਪਣੇ ਮਹਿਬੂਬ ਦੇ ਬੂਹੇ 'ਤੇ ਗਿਆ, ਉਹ ਸੈਲ ਖੈਰ ਪਾਇਆ ਕੋਈ ਨਾ, ਲੇਕਿਨ ਇਹ ਉਹ ਜਿਹੜਾ ਕਾਸਾ ਨਾ ਉਹਨੂੰ ਲਪੇਟ ਕੇ ਲਈ ਆਉਂਦਾ। ਉਹ ਸਾਖਾ ਤੈਨੂੰ ਦਿੱਤਾ ਤਾਂ ਮੈਂ ਕੁਝ ਨਹੀਂ, ਇਹ ਲਪੇਟਿਆ ਕਿਉਂ? ਇਹ ਵੀ ਤੁਹਾਡਾ ਭਰਮ ਰੱਖਿਆ ਹੈ, ਮੈਨੂੰ ਤਾਂ ਕਿਸੇ ਕੁਝ ਨਹੀਂ ਆਖਣਾ ਅਤੇ ਤੁਹਾਡੀ ਬਦਨਾਮੀ। ਐਵੇਂ ਕੋਈ ਸੱਜਣ ਸਾਈਂ ਦਾ ਫਕੀਰ ਖਾਲੀ ਰਹਿ ਜਾ, ਅਸੀਂ ਤਾਂ ਇਸ ਲਾਇਕ ਹਾਂ, ਲੇਕਿਨ ਉਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਨਾ। ਵਲੀਆਂ ਦਾ ਬਾਦਸ਼ਾਹ ਅਸੀਂ ਪੀਰ ਸਮਝ ਕੇ ਆਉਂਦੇ, ਉਹ ਤਾਂ ਅੰਧੀ ਅਕੀਦਤ ਹੁੰਦੀ। ਅਸੀਂ ਪਹਿਲੇ ਹਕੀਕਤ ਵੇਖੀਏ, ਫਿਰ ਅਕੀਦਤ ਜੋੜੀ। ਅੰਧੀ ਅਕੀਦਤ ਨਹੀਂ, ਸਾਡੇ ਪੀਰੋ ਮੁਰਸ਼ਦ ਫਰਮਾਉਂਦੇ ਨੇ ਅੰਧੀ ਅਕੀਦਤ ਨਾ ਜੋੜੋ, ਪਹਿਲੇ ਹਕੀਕਤ ਵੇਖੋ ਫਿਰ ਅਕੀਦਤ ਜੋੜੋ। ਕਿਉਂ ਪੀਰ ਪਕੜਿਆ ਉੱਥੇ? ਤੁਸੀਂ ਦੱਸੋ, ਕਾਂ ਪੰਜਾਬ ਵਿੱਚ ਪੀਰ ਕੋਈ ਨਹੀਂ? ਕਿਤਨਾ ਕਿਰਾਇਆ ਭਰ ਕੇ ਜਾਂਦੇ ਹਾਂ, ਔਖੇ ਵੀ ਹੁੰਦੇ ਹਾਂ, ਉੱਥੇ ਬੁੰਝੇ ਸੁਣਦੇ ਹਾਂ ਨਾ। ਪਤਾ ਹੈ ਵੀ ਇੱਥੋਂ ਖਾਲੀ ਕੋਈ ਨਹੀਂ ਜਾਂਦਾ। ਹਾਂ ਦੋਸਤੋ, ਅੱਲਾਹ ਦੇ ਫਜ਼ਲ ਕਰਮ ਨਾਲ ਆਉਣਾ ਜਾਣਾ ਰੱਖੋ, ਅਤੇ ਇਹ ਤੂੰ ਖੁਦ ਵੇਖ ਲੈ ਵੀ ਕਦੋਂ ਦਾ ਮੁਰੀਦ ਹੋਇਆ, ਕਿਤਨੇ ਬੰਦੇ ਆਉਂਦੇ ਨੇ, ਇਹ ਤੈਨੂੰ ਪੁੱਛ ਹੋਵੇ। ਤੈਨੂੰ ਜੋ ਤਸੱਲੀ ਹੋ ਗਈ ਆਈ ਵੀ ਇਹ ਸਿਲਸਿਲਾ ਚੰਗਾ ਹੈ, ਅਤੇ ਫਿਰ ਕਿਉਂ ਨਹੀਂ ਤੂੰ ਲੋਕਾਂ ਨੂੰ ਦਾਵਤ ਦਿੱਤੀ? ਤੂੰ ਮਰ ਜਾਵੇਂਗਾ, ਜਿਹੜੇ ਬੰਦੇ ਤੂੰ ਲੈ ਕੇ ਆਇਆ ਹੋਵੇਂਗਾ ਉਹ ਇਸ ਮਹਿਫਲ 'ਚ ਬੈਠੇ ਹੋਣਗੇ, ਤਾਂ ਤੈਨੂੰ ਸਵਾਬ ਮਿਲਦਾ ਰਹੇ। ਇਹ ਉਹ ਬੂਟੇ ਨੇ ਜਿਹੜੇ ਤੂੰ ਲਾਉਂਦਾ ਪਿਆ, ਮਗਰ ਇਹਨਾਂ ਦਾ ਫਲ ਕਈ ਤਾਂ ਖਾਵਣਗੇ, ਕਈ ਖਲੀਫੇ ਬਣ ਜਾਵਣਗੇ। ਕੁਛ ਖਲੀਫੇ ਨਹੀਂ ਵੀ ਬਣਦੇ, ਉਹਨਾਂ ਦਾ ਮਕਾਮ ਖਲੀਫਿਆਂ ਨਾਲੋਂ ਵੀ ਅੱਗੇ ਹੁੰਦਾ। ਇਹ ਮੇਰੇ ਪੀਰ ਫਰਮਾਉਂਦੇ ਆ ਕਿ ਕਈਆਂ ਖਲੀਫਿਆਂ ਨਾਲੋਂ ਫਕੀਰਾਂ ਦਾ ਮਕਾਮ ਜ਼ਿਆਦਾ ਹੁੰਦਾ। ਹੁਣ ਫਕੀਰ ਨੇ ਬ੍ਰਾਂਚਾਂ 'ਚ ਗਏ ਨੇ, ਇਹਨਾਂ ਦੇ ਨਾਲ ਕਿਹੜਾ ਖਲੀਫਾ ਗਿਆ? ਤਾਜ਼ਗੀ ਹੋ ਗਏ। ਇਸ ਜਮਾਤ ਵਿੱਚ ਜਿਹੜਾ ਮੁਰੀਦ ਹੁੰਦਾ ਹੈ ਨਾ, ਅਤੇ ਪਹਿਲੇ ਦਿਨ ਉਂਗਲੀ ਦਿਲ 'ਤੇ ਰਹਿੰਦਾ, ਅਤੇ ਅੱਲਾਹ ਦੀ ਜ਼ਾਤ ਉਹਦਾ ਨਾਮ ਵਲੀਆਂ ਦੀ ਲਿਸਟ 'ਚ ਲਿਖ ਦਿੰਦਾ। ਇਹ ਜਮਾਤ ਵਲੀਆਂ ਦੀ, ਜਿੱਥੇ ਜਾਂਦੇ ਹੋ ਉਹ ਆਉਂਦੇ ਨੇ ਯਾਰ ਜਮਾਤ ਕਰਾਓ, ਇਹ ਫਕੀਰ ਗੁਸੋਸ਼ਦਾ ਮਾਤਾ ਨੇ ਪਾੜਾ। ਲੇਕਿਨ ਲਿਬਾਦਾ ਕੈਸਾ ਓੜ ਛੱਡਿਆ ਅੱਲਾਹ ਵਾਲੇ। ਇੱਕ ਪਿੰਡ ਅਸੀਂ ਹੁਣ ਗਏ ਇੱਥੇ ਗੁਜਰਾਤ ਵਿੱਚ, ਉੱਥੇ ਪੀਰ ਵੀ ਵਿੱਚ ਬੈਠਾ, ਇਹ ਕਾਰੀ ਸਾਹਿਬ ਵੀ ਨਾਲ। ਮੈਂ ਨਕਲੀ ਪੀਰਾਂ ਦੇ ਖਿਲਾਫ ਤਕਰੀਰ ਕੀਤੀ, ਉਹ ਵਿੱਚ ਬੈਠਾ ਹੈ। ਮੈਂ ਕੋਈ ਚੌਧਰੀ ਉਹ ਪੀਰ ਆ, ਤਾਂ ਮੈਂ ਫਕੀਰ ਖੜੇ ਕਰਕੇ ਦੱਸੇ, ਮੈਂ ਆਖਿਆ ਇਹੋ ਜਿਹਾ ਕੋਈ ਪੀਰ ਵਿਖਾ ਦਿਓ। ਹੁਣ ਜਿਹੜੇ ਤੁਸੀਂ ਫਕੀਰ ਬੈਠੇ ਹੋ ਸ਼ੀਸ਼ੇ ਤਾਂ ਵਹਿੰਦੇ ਹੋਵੋਗੇ, ਇਹੋ ਜਿਹਾ ਕੋਈ ਵਿਖਿਆ ਪੀਰ ਹੈ? ਮੂੰਹ 'ਤੇ ਦਾੜੀ ਕੋਈ ਨਹੀਂ, ਸਿਗਰਟਾਂ ਪੀਂਦੇ ਪਏ ਨੇ, ਹੁੱਕਾ ਪੀਂਦੇ ਪਏ ਨੇ, ਘਰ ਬੀਵੀਆਂ ਨਾਲ ਲੜਦੇ ਨੇ, ਫਕੀਰ ਬਰਦਾਸ਼ਤ ਕਰਦੇ ਨੇ, ਆਪਣੀਆਂ ਬੀਵੀਆਂ ਨਾਲ ਸਲੂਕ ਅੱਛਾ ਕਰਦੇ ਨੇ। ਇਹ ਵੀ ਸੁੰਨਤ ਹੈ, ਆਪਣੀਆਂ ਬੀਵੀਆਂ ਨੂੰ ਰਾਜ਼ੀ ਰੱਖੋ। ਮੇਰੇ ਆਕਾ ਨੇ ਫਰਮਾਇਆ, ਮੈਂ ਅੱਛਾ ਸਲੂਕ ਕਰਨਾ, ਤੁਸੀਂ ਵੀ ਕਰਿਆ ਕਰੋ। ਤਾਂ ਫਕੀਰ ਕੋਸ਼ਿਸ਼ ਕਰਦੇ ਨੇ ਅਸੀਂ ਆਪਣੀਆਂ ਬੀਵੀਆਂ ਨੂੰ ਤੰਗ ਨਾ ਕਰੀਏ। ਫਿਰ ਉਹ ਬੰਦਾ ਪੀਰ ਸਾਹਿਬ ਖੜ੍ਹੇ ਹੋਏ, ਕਾਰੀ ਸਾਹਿਬ ਕੋਲ ਸਪੀਕਰ ਆ,
ਇਹ ਦੇਵੇ ਨਾ ਵੀ ਖਵਾਰੇ ਕੋਈ ਹੁਣ ਖਿਲਾਫ ਗੱਲ ਕਰੂਗੇ ਅਤੇ ਮੈਨੂੰ ਵੀ ਉਹ ਖਤਰਾ ਪਿਆ ਵੀ ਇਹ ਕੋਈ ਕਰ ਮੈਂ ਕਿਹਾ ਚਲੋ ਹੁਣ ਜਿਹੜੀ ਉਹਦੇ ਪਿੰਡ ਆਏ ਬੈਠੇ ਹਾਂ ਉਹ ਸਾਡੀ ਤਾਰੀਫ ਕੀਤੀ ਉਸਦਾ ਕਹੀ ਇਹੋ ਜਿਹੀਆਂ ਗੱਲਾਂ ਕਦੇ ਨਹੀਂ ਸੁਣੀ ਮੈਂ ਤਾਂ ਆ ਨਹੀਂ ਹਾਂ ਇਹੋ ਜਿਹਾ ਪੀਰ ਮੈਂ ਕੋਈ ਨਹੀਂ ਵੇਖਿਆ ਜੇ ਤੁਸਾਂ ਕੋਈ ਵੇਖਿਆ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ ਮੈਂ ਉਹਦੀ ਵੀ ਤਾਰੀਫ ਕਰਾਂਗਾ ਇਹੋ ਜਿਹਾ ਪੀਰ ਅਗਰ ਕਿਸੇ ਵੇਖਿਆ ਨਾ ਤਾਂ ਮੈਂ ਇੰਝ ਨਹੀਂ ਹਾਂ ਕਿ ਮੈਂ ਆਪਣਾ ਪੀਰ ਸਮਝ ਕੇ ਕਰਦਾ ਪਿਆ ਇਹੋ ਜਿਹਾ ਤੁਸੀਂ ਕੋਈ ਦੱਸ ਦਿਓ ਮੈਂ ਜੋ ਐਲਾਨ ਕਰਨਾ ਅੱਜ ਤਾਂ ਕਿਸੇ ਆ ਕਹਿੰਦੇ ਨੇ ਇੱਕ ਸ਼ਦਾਈ ਜੇ ਮੈਨੂੰ ਫੋਨ ਕੀਤਾ ਉਹ ਮੈਨੂੰ ਜਲਸਾ 'ਤੇ ਲੈ ਜਾਂਦਾ ਆਪਣੇ ਪਿੰਡ ਅੱਲਾ ਕਦੇ ਸੁਣਦਾ ਹੋਵੇ ਉਹਦਾ ਕਿਹਾ ਜੀ ਤੁਸੀਂ ਇਹ ਗੱਲ ਕੀਤੀ ਹੈ ਮੈਨੂੰ ਕਿਸੇ ਪੀਰ ਦਾ ਦੱਸੋ ਜੇ ਉਹ ਵੀ ਇਹੋ ਜਿਹਾ ਹੋਵੇ ਤਾਂ ਮੈਂ ਉਹਦੀ ਵੀ ਕਰਾਂਗਾ ਤਾਰੀਫ ਮੈਂ ਆਖਿਆ ਬਿਲਕੁਲ ਉਸ ਮੈਨੂੰ ਆਖਿਆ ਹੁਣ ਮੇਰੇ ਪੀਰ ਦੀ ਵੀ ਕੀਤੀ ਕਰੋ ਕਿਹੜਾ ਤੇਰਾ ਪੀਰ ਉਸ ਮੈਨੂੰ ਨਾਂ ਲਿਆ ਮੈਂ ਕਦੇ ਉਹਨੂੰ ਜਮਾਤ ਨਾਲ ਨਮਾਜ਼ ਪੜ੍ਹਦਿਆਂ ਵੇਖੀ ਮੈਂ ਉਹਨੂੰ ਜਾਣਦਾ ਉਸ ਪੀਰ ਨੂੰ ਉਸ ਆਖਿਆ ਨਹੀਂ ਉਹ ਕਮੀਜ਼ ਕਦੇ ਪਾਉਂਦਾ ਤਾਂ ਕਦੇ ਪਾਉਂਦਾ ਹੀ ਨਹੀਂ ਹੁਣ ਉਹਦਾ ਮੈਂ ਕੀ ਤਾਰੀਫ ਕਰਾਂ ਜੇ ਮੈਨੂੰ ਕੋਈ ਪੁੱਛੇ ਮੈਂ ਆਪਣੇ ਪੀਰ ਦੀ ਤਾਰੀਫ ਕਰਨਾ ਨਾ ਹੁਣ ਕੋਈ ਮੈਨੂੰ ਪੁੱਛੇਗਾ ਤਾਂ ਮੈਂ ਮੇਰੇ ਕੋਲ ਸਬੂਤ ਨੇ ਉਹਦਾ ਮੈਂ ਕੀ ਸਬੂਤ ਦੇਵਾਂ ਉਹ ਤਾਂ ਅੰਦਰ ਹੀ ਬੈਠਾ ਰਹਿੰਦਾ ਆਉਂਦਾ ਹੀ ਨਹੀਂ ਘਰ ਮਸੀਤ 'ਤੇ ਆਉਂਦਾ ਹੀ ਨਹੀਂ ਉਹਦੀ ਤਾਰੀਫ ਮੈਂ ਕੀ ਕਰਾਂ ਤੂੰ ਤਾਂ ਆਪਣੇ ਪੀਰ ਸਮਝ ਕੇ ਕਰਦਿਆਂ ਰਹਿਣਾ ਉਹ ਜਿਹੜੇ ਸਿਗਰਟਾਂ ਪੀਂਦੇ ਪਏ ਹੁੰਦੇ ਨਾ ਪੀਰ ਇੱਕ ਹੱਥ ਵਿੱਚ ਪੰਜ ਪੰਜ ਸਿਗਰਟਾਂ ਪਾਈਆਂ ਮੁਰੀਦ ਉਹਨਾਂ ਦੀ ਵੀ ਤਾਰੀਫ ਕਰਦੇ ਨੇ ਬੰਗੀ ਪੋਸਤੀ ਹੈ ਪੀਰ ਉਹਦੀ ਵੀ ਤਾਰੀਫ ਕਰਦੇ ਨੇ ਸਾਡੇ ਪੀਰ ਨੂੰ ਨਬੀ ਦੇ ਕਰੀਮ ਦੇ ਤਰੀਕੇ 'ਤੇ ਪਰਖੋ ਉਸੇ ਤਰੀਕੇ 'ਤੇ ਪੂਰਾ ਪੂਰਾ ਉਤਰਨ ਕਦੇ ਤੂੰ ਵੇਖੇਗਾ ਉਹਨਾਂ ਨੂੰ ਅਤੇ ਫਿਰ ਤੂੰ ਹਦੀਸ ਵੀ ਪੜ੍ਹ ਲਵੇਂਗਾ ਕਿ ਇਹ ਕੰਮ ਤਾਂ ਹਦੀਸ 'ਚ ਵੀ ਹੈ ਇੰਝ ਦੋਸਤੋ ਸਾਨੂੰ ਅੱਲਾਹ ਤਾਲਾ ਨੇ ਐਸੇ ਬਜ਼ੁਰਗ ਮਿਲਾਏ ਨੇ ਅਸੀਂ ਕਹਿ ਸਕਦੇ ਹਾਂ ਇਹੋ ਜਿਹਾ ਪੀਰ ਕਿਸੇ ਵੇਖਿਆ ਹੋਵੇ ਤਾਂ ਸਵੀਖਾਓ ਸਾਨੂੰ ਸੰਗ ਕੇ ਨਾ ਆਖੋ ਮੈਂ ਇੱਕ ਫਕੀਰ ਦੀ ਬਰਾਤ ਨਾਲ ਗਿਆ ਉਹ ਸਾਰੇ ਪਗੜੀਆਂ ਵਾਲੇ ਬਰਾਤ 'ਤੇ ਦਾੜੀਆਂ ਰੱਖੀਆਂ ਹੋਈਆਂ ਉਹ ਔਰਤਾਂ ਇੱਕ ਦੂਜੇ ਨੂੰ ਪੁੱਛਣ ਪਈਆਂ ਇਹਨਾਂ 'ਚ ਲਾੜਾ ਕਿਹੜਾ ਮੈਂ ਆਖਿਆ ਜਿਹੜੀ ਤੁਹਾਡੇ 'ਚੋਂ ਲੱਭ ਲਵੇ ਨਾ ਉਹਨੂੰ 50 ਰੁਪਈਆ ਇਹਨਾਂ ਉਹਨਾਂ ਆਖਿਆ ਜੀ 500 ਵੀ ਆਪਕੋ ਤਾਂ ਨਹੀਂ ਲੱਭਦਾ ਸਾਰੇ ਸ਼ਰੀਅਤ ਦੇ ਪਾਬੰਦ ਜਿਨ੍ਹਾਂ ਵਿੱਚ ਉਹ ਖਾਮੀ ਹੈ ਉਹ ਦੂਰ ਕਰੋ ਪਤਾ ਲੱਗੇ ਸੱਜਣ ਸਾਈਂ ਦਾ ਗੁਲਾਮ ਜਾ ਦੂਰੋਂ ਵੇਖ ਕੇ ਲੋਕ ਆਖਣ ਕਿ ਸੱਜਣ ਸਾਈਂ ਦਾ ਗੁਲਾਮ ਜਾ ਇਨਸ਼ਾ ਅੱਲਾਹ ਤਾਲਾ ਸਾਡੇ 'ਤੇ ਖੁਦਾ ਦਾ ਫਜ਼ਲ ਹੈ ਸਾਡੇ 'ਤੇ ਖੁਦਾ ਰਾਜ਼ੀ ਨਾ ਹੁੰਦਾ ਅਤੇ ਇਹੋ ਜਿਹੀ ਜਮਾਤ ਸਾਨੂੰ ਕਿਉਂ ਜਾਣਾ ਬੇਸ਼ੱਕ ਸਾਡੇ ਵਿੱਚ ਖਾਮੀਆਂ ਹੈ ਸਾਡੇ ਵਿੱਚ ਕਮੀਆਂ ਹੈ ਪਰ ਅਸੀਂ ਉਸ ਦਰ 'ਤੇ ਆ ਗਏ ਹਾਂ ਜਿੱਥੇ ਖਾਮੀ ਰਹੇਗੀ ਕੋਈ ਨਹੀਂ ਕੁੱਲੋ ਨਾਸਿਮ ਬੇ ਇਮਾਮੇ ਹਿਮ ਕੁਰਾਨ ਆਖਦਾ ਪਿਆ ਕਿਆਮਤ ਵਾਲੇ ਦਿਨ ਹਰ ਗਰੋਹ ਆਪਣੇ ਪੇਸ਼ਵਾ ਕੇ ਸਾਥ ਹੋਗਾ ਇੰਜਣ ਦੇ ਮਗਰ ਡੱਬੇ ਜਿਹੜੇ ਹੁੰਦੇ ਨੇ ਸਾਰੇ ਫਸਟ ਹੁੰਦੇ ਨੇ ਕੋਈ ਸੈਕਿੰਡ ਹੁੰਦਾ ਹੈ ਕੋਈ ਥਰਡ ਹੁੰਦਾ ਹੈ ਕਿਸੇ ਵਿੱਚ ਗੋਹੇ ਲੱਦੇ ਹੁੰਦੇ ਨੇ ਕਿਸੇ ਵਿੱਚ ਮਾਲ ਲੱਦਿਆ ਹੁੰਦਾ ਹੈ ਪਰ ਜਿਹਦੀ ਕੁੰਡੀ ਅੜ ਗਈ ਹੁੰਦੀ ਉਸੇ ਰਫਤਾਰ ਨਾਲ ਜਾਵੇਗਾ ਉਹ ਭਾਵੇਂ ਟੁੱਟਾ ਫੁੱਟਾ ਹੈ ਐ ਫਕੀਰ ਭਾਵੇਂ ਤੇਰੇ 'ਚ ਕਿਤਨੀਆਂ ਖਾਮੀਆਂ ਕੁੰਡੀ ਤਾਂ ਲਾਲ ਜਿਸ ਡੱਬੇ ਦਾ ਕੁੰਡਾ ਯਾਰੋ ਨਾਲ ਇੰਜਣ ਜੁੜ ਜਾਵੇ ਭਾਵੇਂ ਕੀ ਕੁਝ ਭਰਿਆ ਹੋਵੇ ਉਹ ਖਿੱਚੀ ਲੈ ਗਿਆ
ਕੁੰਡੀ ਤਾਂ ਲਾ ਦਿਓ ਨਾ, ਫਿਰ ਇਨਸ਼ਾਅੱਲਾ ਤਾਲਾ ਉਸੇ ਰਫਤਾਰ ਵਿੱਚ ਜਾਓਗੇ ਜਿਹੜੀ ਰਫਤਾਰ ਦੇ ਵਿੱਚ ਫਸਟ ਜਾ ਰਿਹਾ, ਉਸੇ ਰਫਤਾਰ ਨੂੰ। ਇੰਜਨ ਕਦੇ ਮੁੜ ਕੇ ਆਉਂਦਾ, ਆਹੀ ਨੂੰ ਲਾ ਦਿਓ, ਕੁੰਡੀ ਲੱਗ ਗਈ ਹੈ, ਆ ਜਾ ਤੈਨੂੰ ਵੀ ਉਹਦੇ ਲੈ ਜਾਵਾਂਗਾ ਜਿਹਦੇ ਮੈਂ ਆਪ ਜਾ। ਜਿਹੜੇ ਪਾਸੇ ਸਾਡਾ ਪੀਰ ਜਾਵੇਗਾ ਅਸੀਂ ਉੱਧਰ ਜਾਵਾਂਗੇ ਇਨਸ਼ਾ, ਬਸ਼ਰਤੇ ਕਿ ਕੁੰਡੀ ਮਜ਼ਬੂਤ ਹੋ, ਕਿਸੇ ਦੇ ਆਖਣ ਨਾਲ ਤੇਰਾ ਅਕੀਦਾ ਕਮਜ਼ੋਰ ਨਾ ਹੋ ਜਾਵੇ, ਕੋਈ ਗਿਲੇ ਕਰਕੇ ਕੋਈ ਮੁਖਾਲਫਤ ਕਰਕੇ ਅਤੇ ਤੈਨੂੰ ਕਮਜ਼ੋਰ ਨਾ ਕਰ, ਆਪਣੀ ਕੁੰਡੀ ਨੂੰ ਮਜ਼ਬੂਤ ਰੱਖ, ਉੱਧਰ ਹੀ ਜਾਵੇਂਗਾ ਜਿਹਦੇ ਇੰਜਣ ਜਾਵੇ। ਪਾਣੀ ਪੀਵੀਏ ਪੁਣ ਕੇ ਅਤੇ ਮੁਰਸ਼ਦ ਪਕੜੀਏ ਚੁਣ ਕੇ, ਇਹ ਨਹੀਂ ਕੋਈ ਆਖ ਤੇਰਾ ਪੀਰ ਤਾਂ ਸ਼ਰਾਬ ਤਾਂ ਪੀਂਦਾ, ਅੱਛਾ ਤੇਰਾ ਵੁਜ਼ੂ ਹੀ ਟੁੱਟ ਜਾਵੇ ਬਗੈਰ ਵੇਖਣ ਦੇ, ਮਸਲਾ ਤਾਂ ਇਹ ਜੇ ਕਦੇ ਵੇਖ ਵੀ ਲਵੇਂ ਤਾਂ ਮੁੜ ਵੀ ਆਖ ਮੇਰੀ ਅੱਖੀ ਦਾ ਕਸੂਰ ਹੈ, ਮੇਰਾ ਪੀਰ ਹੀ ਹੋ ਜਾਂਦੇ, ਮੁੜ ਤੂੰ ਕਾਮਯਾਬ ਹੋ ਜਾਵੇਂਗਾ। ਜੇ ਤੈਨੂੰ ਵਹਿਮ ਪਵਣ ਲੱਗ ਪਏ, ਇਹ ਤਾਂ ਪਾਲੋ ਸੋਚਣਾ ਹੀ ਆ ਪਕੜਨ ਤੋਂ ਪਹਿਲੇ, ਹੁਣ ਜੋ ਵੀ ਕੋਈ ਆਉਂਦਾ ਰਹੇ ਹੁਣ ਆਖ ਵੀ ਬਸ। ਇੱਕ ਬੰਦਾ ਤੁਹਾਨੂੰ ਆਉਂਦਾ, ਮੈਂ ਉਸ ਟੂਵੈਲ 'ਤੇ ਗਿਆ ਅਤੇ ਉੱਥੇ ਪਾਣੀ ਕੋਈ ਨਾ, ਉਹਦੇ ਨਾਲ ਕਿਤਨੇ ਲੋਕ ਨੇ ਉਹ ਭਰ ਕੇ ਆਉਂਦੇ ਪਏ ਨੇ, ਉਹਨਾਂ ਦੇ ਗੜੇ ਭਰੇ ਹੋਏ ਨੇ, ਇਹ ਖਾਲੀ ਲੈ ਕੇ ਆਉਂਦਾ ਪਿਆ, ਫਿਰ ਨਾਲ ਰੌਲਾ ਵੀ ਪਾਈ ਆਉਂਦਾ, ਉੱਥੇ ਤਾਂ ਪਾਣੀ ਕੋਈ ਨਹੀਂ। ਅਤੇ ਹੁਣ ਬੇਵਕੂਫ ਹੈ ਜਿਹੜਾ ਉਹਦੀ ਗੱਲ ਮੰਨ ਜਾਵੇ, ਜੇ ਉਹ ਵੇਖਿਆ ਤੂੰ ਇਹ ਕਿੱਥੋਂ ਭਰ ਕੇ ਲਿਆ, ਜੇ ਉੱਥੇ ਪਾਣੀ ਨਾ ਹੁੰਦਾ ਇਹ ਕਿੱਥੋਂ ਭਰ ਲੈਂਦਾ, ਉਹ ਆਉਂਦਾ ਜੀ ਇਹਨਾਂ ਕੋਲ ਕੁਛ ਲੱਗ ਗਿਆ ਤਾਂ ਮੈਂ ਵੀ ਉੱਥੇ ਹੀ, ਉਹ ਆਉਂਦੇ ਨੇ ਗਿਆ ਤਾਂ ਉੱਥੇ ਹੀ ਆ, ਉਹ ਮੁੜ ਆਉਂਦੇ ਨੇ ਬਾਂਡਾ ਤੋਂ ਮੂਧਾ ਰੱਖਿਆ, ਬਾਂਡਾ ਕਿਵੇਂ ਰੱਖਿਆ ਜੀ, ਉਸ ਰੱਖ ਕੇ ਦੱਸਿਆ ਉਹ ਤਾਂ ਮੂਧਾ, ਉਸ ਆ ਗਿਆ ਇੱਥੇ ਖੂਹ ਦਾ ਵੀ ਕਸੂਰ ਹੈ, ਕਿਆਮਤ ਤੱਕ ਵੀ ਰੱਖੀ ਰਹਿੰਦੇ ਇਹਦੇ 'ਤੇ ਪਾਣੀ ਪਾਉਣੇ ਪਾਉਣ, ਬਾਂਡਾ ਸਿੱਧਾ ਰੱਖਿਆ ਕਰੋ ਜੇ ਸਿਆਓ, ਖਾਲੀ ਨਹੀਂ ਰਹੋਗੇ। ਇਤਨਿਆਂ ਬੰਦਿਆਂ ਦਾੜੀਆਂ ਰੱਖ ਲਈਆਂ, ਪਗੜੀਆਂ ਬੰਨ ਲਈਆਂ, ਤੂੰ ਦਾੜੀ ਨਹੀਂ ਰੱਖੀ, ਤੂੰ ਫਿਰ ਗਿਲਾ ਕਰੇਗਾ ਤੇ ਵੇਖਣ ਵਾਲਾ ਤਾਂ ਬੇਵਕੂਫ ਹੈ ਨਾ ਜਿਹੜਾ ਨਹੀਂ ਮੰਨ ਜਾਵੇ, ਉਹ ਆਖੇ ਉਹਨੂੰ ਆਖਣਾ ਚਾਹੀਦਾ, ਉਹਨਾਂ ਤਾਂ ਸਾਰੇ ਮੁਲਖ ਨੂੰ ਬਣਾ ਛੱਡੀਆਂ ਨੇ, ਤੂੰ ਕਰ ਜਾਂਦਾ ਹੀ ਨਹੀਂ, ਨਿਮੁੜ ਜਾਂਦਾ ਤੇ ਬਾਂਡਾ ਮੁੱਦਾ ਰੱਖਣਾ। ਹਾਂ ਦਾੜੀਆਂ ਮਾਸ਼ਾਅੱਲਾ ਰੱਖੀਆਂ ਗਈਆਂ, ਪਗੜੀਆਂ ਬਚ ਗਈਆਂ, ਹੁਣ ਜਿਹੜੀਆਂ ਬਾਤਨੀ ਬਿਮਾਰੀਆਂ ਨੇ ਉਹਨਾਂ 'ਤੇ ਨਜ਼ਰ ਰੱਖੋ, ਲਾਲਚ ਕੱਢਦੇ ਜਾਓ, ਜੇ ਲਾਲਚ ਨਿਕਲ ਜਾਵੇ ਤਾਂ ਫਿਰ ਕੀ ਹੁੰਦਾ, ਫਿਰ ਤੂੰ ਭੁੱਖਾ ਮਰ ਜਾਵੇਂ, ਨਹੀਂ ਦੁਨੀਆ ਨਾਲ ਮੁਹੱਬਤ ਰੱਖਣ ਨਾਲ ਦੁਨੀਆ ਵੱਧਦੀ ਨਹੀਂ, ਅਤੇ ਇਹਨੂੰ ਧੱਕੇ ਮਾਰ ਕੇ ਕੱਢ ਦਿਓ ਅਤੇ ਘਟਦੀ ਨਹੀਂ। ਇੱਕ ਬੰਦਾ ਸੂਰਜ ਲਿਮੂ ਕਰਕੇ ਟੁਰ ਪਾਉਂਦਾ, ਸਾਇਆ ਪਿਛਾਂ ਹਟ ਜਾਂਦਾ, ਜਿਤਨਾ ਤੇਜ਼ ਚੱਲੇਗਾ ਸਾਇਆ ਉਤਨਾ ਤੇਜ਼ ਉਹਦੇ ਮਗਰ ਚੱਲੇਗਾ, ਅਤੇ ਜੇ ਸੂਰਜ ਲੈ ਪਿੱਠ ਕਰ ਲਵੇ ਅਤੇ ਮੁੜ ਸੂਰਜ ਇਹਦੇ ਮਗਰ ਆਉਣਾ ਕੋਈ, ਇਹ ਸਾਇਆ ਮਗਰ ਲੱਗਿਆ ਆਇਆ, ਸਾਇਆ ਦੇ ਹੱਥ ਨਹੀਂ ਆਉਣਾ, ਸੂਰਜ ਇਹਦੇ ਮਗਰ ਕੋਈ ਨਹੀਂ ਆਉਣਾ, ਅਤੇ ਫਿਰ ਇੱਕ ਪਰੇਸ਼ਾਨ ਹੋ ਜਾਵੇ, ਸਾਇਆ ਨੂੰ ਪਕੜਨ ਦੀ ਕੋਸ਼ਿਸ਼ ਕਿਉਂ ਕਰਦੇ, ਉਹ ਨਹੀਂ ਹੱਥ ਆਵੇ ਮਗਰ ਟੁਰ ਕੇ ਵੇਖ ਲੈ, ਉਹ ਅੱਗੇ ਉਤਨਾ ਤੇਜ਼ ਚੱਲੇਗਾ ਜਿਤਨਾ ਤੂੰ ਤੇਜ਼ ਦੌੜੇਗਾ, ਅਤੇ ਜੇ ਉਹਦੇ ਲਈ ਪਿੱਠ ਕਰ ਲੈਣਾ ਸੂਰਜ ਲੈ ਟੁਰ ਪਾ, ਸੂਰਜ ਦੀਨ ਹੈ ਦੁਨੀਆ ਸਾਇਆ ਹੈ, ਜੇ ਸੂਰਜ ਲੈ ਟੁਰ ਪਵੇਂ ਜਿਤਨਾ ਤੇਜ਼ ਟੁਰੇ ਸਾਇਆ ਉਤਨਾ ਹੀ ਤੇਜ਼ ਤੇਰੇ ਮਗਰ ਆਵੇ, ਅਤੇ ਜੇ ਤੂੰ ਸੂਰਜ ਲਪੇਟ ਕਰ ਲਵੇ
ਫਿਰ ਸਾਰਿਆਂ ਨੂੰ ਪਕੜ ਲਵੇਂਗੇ। ਇਹ ਦੁਨੀਆ ਇਹਦੇ ਮਗਰ ਜਿਤਨਾ ਦੌੜੇਂਗੇ, ਇਹ ਉਹ ਤਨਾ ਅੱਗੇ ਅੱਗੇ ਚਲਾ ਜਾ। ਕਈਆਂ ਡੰਗਰ ਵੀ ਰੱਖੇ ਹੋਏ ਨੇ, ਕਿਉਂ ਰੱਖੇ? ਗੋਹੇ ਵਾਸਤੇ ਕਿ ਦੁੱਧ ਵਾਸਤੇ? ਗੋਹਾ ਤਾਂ ਆਪੇ ਹੀ ਆ ਜਾਂਦਾ, ਦੁਨੀਆ ਗੋਹਾ ਹੈ, ਉਹਦਾ ਖਿਆਲ ਕਰੇ ਨਾ ਕਰੇ ਉਹ ਸਾ ਜਾਣਾ। ਹੁਣ ਕਣਕ ਬੀਜੀਏ ਤੂੜੀ ਵਾਸਤੇ ਕਿ ਦਾਣਿਆਂ ਵਾਸਤੇ? ਤੂੜੀ ਦੁਨੀਆ ਇਸ ਆਪੇ ਹੀ ਆ ਜਾਣਾ। ਤੂੰ ਦਾਣਿਆਂ ਵਾਸਤੇ ਮਿਹਨਤ ਕਰਦਾ ਰਹੋ, ਤੂੜੀ ਦਾ ਫਿਕਰ ਨਾ ਕਰ, ਤੂੜੀ ਆਪੇ ਆ। ਨਮਾਜ਼ ਪੜ੍ਹੀ ਕਰੋ, ਸਿਗਰਟਾਂ ਨਸ਼ੇ ਤੋਂ ਪਰਹੇਜ਼ ਕਰੋ, ਹੁਣ ਇਹ ਕਹਿਤ ਸਾਲੀ ਆਈ ਹੋਈ ਹੈ ਆਪਣੇ ਪਿੰਡ ਵਿੱਚ। ਗਰੀਬਾਂ ਦਾ ਖਿਆਲ ਕਰੋ, ਜਿਹਨੂੰ ਦਾਣਿਆਂ ਨੇ ਖੁਦਾ ਤੋਫੀਕ ਦਿੱਤੀ ਦਾਣੇ ਦਿਓ, ਆਟੇ ਦੀ ਤੋਫੀਕ ਦਿੱਤੀ ਆਟਾ ਦਿਓ, ਕੱਪੜੇ ਦਿਓ, ਜਿਤਨੀ ਤੋਫੀਕ ਹੋ ਸਕੇ ਬਿਸਤਰਾ ਦਿਓ। ਸਰਦੀਆਂ ਹੁਣ ਮੁੱਕੀਆਂ ਵੀ ਖਲੀਆਂ ਨੇ, ਲੇਕਿਨ ਸਿਰ ਦੀ ਕਿਤਨੀ। ਕੱਲ ਮੈਂ ਵਹਿੰਦਾ ਪਿਆ ਟੀ ਵੀ 'ਤੇ, ਉਸ ਬੰਦੇ ਨੇ ਇੱਕ ਦਿਨ ਗਿਆ ਖੋਤੀ ਰੇੜੀ ਲੈ ਕੇ, ਅਤੇ ਉਹਨੂੰ ਦਿਹਾੜੀ ਲੱਭੀ ਕੋਈ, ਬੜਾ ਚਿਰ ਬੈਠਾ ਰਿਹਾ, ਮੁੜ ਕੇ ਆਇਆ ਤਾਂ ਬੜਾ ਹੀ ਪਦ 'ਤੇ, ਉਸ ਆ ਕੇ 100 ਰੁਪਈਆ ਦੇਵਾਂਗਾ। ਇਹ ਸੋਚਿਆ ਵੀ ਚਲੋ ਵਿਹਲੇ ਨਾਲ ਤਾਂ 100 ਹੀ ਬੜਾ, ਇਹ 100 ਰੁਪਈਆ ਲੈ ਗਿਆ। ਉਹਦੀ ਬੀਵੀ ਨੇ ਆਖਿਆ ਤਾਂ ਆਟਾ ਲੈ ਆ, ਥੋੜ੍ਹੀ ਥੋੜ੍ਹੀ ਖਾ ਲੈਂਦੇ ਹਾਂ। ਉਸ ਆਟਾ ਲੈ ਆਉਂਦਾ, ਦੂਏ 'ਤੇ ਗਿਆ, ਜਿਹੇ ਜਾਵਣ ਲੱਗਾ, ਉਹ ਬੱਚੀਆਂ ਬੱਚੇ ਇੱਕੋ ਚਾਦਰ ਹੈ ਉਹਨਾਂ ਕੋਲ ਮੰਜੀ 'ਤੇ ਪਾਇਆ ਹੋਇਆ। ਪਤਾ ਨਹੀਂ ਲੋਕ ਆਉਂਦੇ ਨੇ ਉਸ, ਨਹੀਂ ਜੀ ਸਾਰਿਆਂ ਕੋਲ ਬਿਸਤਰੇ ਹਨ, ਜਾ ਕੇ ਵੇਖੋ ਤਾਂ ਸਹੀ। ਉਹ ਮੁੜ ਇੱਕ ਦੂਏ ਲਈ ਖਿੱਚਣ ਚਾਦਰ ਨੂੰ, ਮੁੜ ਜਾਵਣ ਲੱਗਿਆ ਉਹਨਾਂ ਬਾਪ ਨੂੰ, ਆਖਿਆ ਜੀ ਸਾਡੇ ਵਾਸਤੇ ਕੁਛ ਗਰਮ ਸੂਟ ਹੋ ਜਾਵਣ। ਉਹ ਲਗਾ ਗਿਆ ਉਸ ਕਬਰਸਤਾਨ ਦੇ ਕੋਲ, ਖੋਤੀ ਰੇੜੀ ਰੋਕ ਕੇ ਨਾ ਆਪਣੀ ਕਮੀਜ਼ ਉਤਾਰ ਕੇ, ਕਮੀਜ਼ ਦੇ ਵਿੱਚ ਰੁੱਕਾ ਲਿਖ ਕੇ ਉਸ ਭੇਜਿਆ, ਆਪਣੇ ਆਪ ਨੂੰ ਉਸ ਅੱਗ ਲਾ ਲੈ। ਕਮੀਜ਼ ਮੈਂ ਤਾਂ ਹੀ ਉਤਾਰੀ ਜਾਂਦਾ ਵੀ ਕਿਸੇ ਹੋਰ ਦੇ ਕੰਮ ਆ ਜਾ ਸੀ, ਆਪਣੇ ਸਾਰੇ ਜਿਸਮ ਨੂੰ ਅਗਰ ਤਾਂ ਹੀ ਨਹੀਂ ਲਾਈ, ਉਹ ਕਮੀਜ਼ ਉਤਾਰ ਲਈ। ਉਸ ਗਰੀਬੀ ਵੇਖੀ ਆਈ ਨਾ, ਉਹਨੂੰ ਅਹਿਸਾਸ ਆ ਗਰੀਬੀ ਦਾ, ਜਿਸ ਦੇ ਕੰਨ ਨੂੰ ਪੀੜ ਕਦੇ ਨਾ ਹੋਈ ਹੋਵੇ ਉਹਨੂੰ ਕੀ ਪਤਾ ਕੰਨ ਦੀ ਪੀੜ ਕੀ ਹੁੰਦੀ। ਜਿਸ ਗਰੀਬੀ ਵੇਖੀ ਨਹੀਂ ਦੋਸਤ, ਆਪਣੇ ਪਿੰਡਾਂ ਵਿੱਚ ਵੇਖੋ ਕਿਸੇ ਘਰ ਦਾਣੇ ਆਟਾ ਕੱਪੜਾ ਬਿਸਤਰਾ ਜੇ ਦੇ ਸਕਣਾ, ਇਹ ਤਾਂ ਇੱਥੇ ਰਹਿ ਜਾਣੇ ਨੇ, ਤੂੰ ਕਬਰ ਚੱਲਿਆ ਜਾਣਾ। ਤੂੰ ਆਖੇਂਗਾ ਯਾ ਅੱਲਾ ਮੈਨੂੰ ਹੁਣ ਦੁਨੀਆ 'ਤੇ ਭੇਜ, ਮੈਂ ਗਵਾਂਢੀਆਂ ਦਾ ਵੀ ਪਤਾ ਰੱਖਾਂਗਾ ਅਤੇ ਕਿਸੇ ਨੂੰ ਕੱਪੜੇ ਵੀ ਲੈ ਕੇ ਦੇਵਾਂ। ਕੌਣ ਆਉਣਾ ਅਦੇ ਅੱਗੇ, ਕੋਈ ਆਇਆ ਕਦੇ? ਅਸਾਂ ਵੀ ਕੋਈ ਨਹੀਂ। ਅੱਜ ਵਕਤ ਹੈ ਦੋਸਤੋ, ਅਤੇ ਇਹ ਕਰੋ ਅਤੇ ਇਹ ਕੱਪੜਾ ਪਕੜ ਲਓ ਜਿਹੜੇ ਅੱਗੇ ਬੈਠੇ ਨੇ, ਦੂਸਰੇ ਇੱਕ ਦੂਜੇ ਦੇ ਮੋਢਿਆਂ 'ਤੇ ਹੱਥ ਰੱਖ ਲਓ, ਜਿਵੇਂ ਮੈਂ ਪੜ੍ਹਾਂ ਪੜ੍ਹੋ ਸਾਰੇ, ਪਰ ਜਿੰਨਾ ਮੁਰੀਦ ਹੋਣਾ ਉਹ ਇਰਾਦਾ ਕਰ ਲੈਣ ਕਿ ਅਸੀਂ ਮੁਰੀਦ ਪਏ ਹੁੰਦੇ ਹਾਂ। ਇਰਾਦਾ ਨਾ ਕਰੋਗੇ ਤਾਂ ਮੇਰੇ ਹੱਥਾਂ 'ਚ ਵੀ ਹੱਥ ਦਿਓਗੇ ਤਾਂ ਬੈਤ ਨਹੀਂ ਹੋਵੇਗੀ। ਜਿਵੇਂ ਮੈਂ ਪੜ੍ਹਾਂ ਆਪਣੇ ਦਿਲ 'ਚ ਪੜ੍ਹਦੇ ਰਹੋ, ਜਿੰਨਾ ਮੁਰੀਦ ਹੋਣਾ ਇਰਾਦਾ ਕਰ ਲਵੇ ਅਸੀਂ ਮੁਰੀਦ ਪਏ ਹੁੰਦੇ ਹਾਂ। ਆਊਜ਼ ਬਿੱਲਾ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾ ਰਹਿਮਾਨ ਰਹੀਮ, ਆਮਨਤੁ ਬਿੱਲਾਹਿ ਵਮਲਾਇਕਾਤਿਹਿ ਵਕੁਤੁਬਿਹਿ ਵਰੁਸੁਲਿਹਿ
ਵਲ ਯੌਮ ਲਾਖਰੇ ਵਲ ਕਦਰ ਖੈਰ ਹੀ ਵ ਸ਼ਰ ਹੀ ਮਿਨ ਅੱਲਾਹ ਤਾਲਾ ਵਲ ਬਾਸੇ ਬਾਦਲ ਮੌਤ ਅਸ਼ਹਦੁ ਅੱਲਾ ਇਲਾਹਾ ਇਲਾਹੋ ਵਾਹਦਹੂ ਲਾ ਸ਼ਰੀਕ ਲਹੂ ਵਾ ਸ਼ਹਾਦੋ ਅੰਨਾ ਮੁਹੰਮਦਨ ਅਬਦੋਹੋ ਵ ਰਸੂਲੋ ਅਸਤਗਫਿਰੁੱਲਾ ਤਾਲਾ ਰੱਬੀ ਮਿਨ ਕੁੱਲੇ ਜ਼ੰਬਿਨ ਵਾ ਤੂਬੋ ਇਲੇ। ਦੁਆ ਮੰਗੋ ਅੱਲਾਹ ਤਾਲਾ ਦੀਨ ਦੁਨੀਆ ਦੀਆਂ ਮੁਸ਼ਕਲਾਂ ਆਸਾਨ ਕਰੇ, ਪਰੇਸ਼ਾਨੀਆਂ ਦੂਰ ਫਰਮਾਵੇ, ਕਾਰੋਬਾਰ 'ਚ ਬਰਕਤ ਹੋਵੇ, ਦੀਨ ਦਾ ਸ਼ੌਕ ਹੋਵੇ। ਬੇਰਹਿਮਤ ਇੱਕ ਇੱਥੇ ਖੱਬੇ ਪਾਸੇ ਲਤੀਫਾ ਕਲਬ ਹੈ ਜਿਹਨੂੰ ਆਪਾਂ ਦਿਲ ਆਖਦੇ ਹਾਂ। ਜਿਹੜੇ ਮੁਰੀਦ ਹੋਏ ਹੋ ਉਹਨਾਂ ਦਾ ਪਹਿਲਾ ਸਬਕ ਹੈ, ਜਿਹੜੇ ਮੁਰੀਦ ਨਹੀਂ ਹੋਏ ਉਹ ਮੇਰੇ ਵੱਲੋਂ ਪਹਿਲਾ ਵੀ ਅਤੇ ਆਖਰੀ ਵੀ ਇਹੀ ਹੋਈ। ਕਰਨ ਦਾ ਤਰੀਕਾ ਇੱਕੋ ਜਿਹਾ, ਅੱਲਾਹ 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 ਆਪਣੇ ਦਿਲ ਵਿੱਚ ਪੜ੍ਹਨਾ। ਜਿਸ ਤਰ੍ਹਾਂ ਪਿਆਸ ਲੱਗੀ ਹੋਵੇ ਤਾਂ ਬੰਦਾ ਜ਼ਬਾਨ ਨਾਲ ਪਾਣੀ 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 ਤਾਂ ਨਹੀਂ ਆਖਦਾ, ਲੇਕਿਨ ਖਿਆਲ ਤੋਂ ਦਾ ਪਾਣੀ ਵਾਲੇ ਹੁੰਦਾ। ਇਸੇ ਤਰ੍ਹਾਂ ਖਿਆਲ ਵਿੱਚ ਨੂੰ ਪੜ੍ਹਨਾ, ਅੱਲਾਹ ਅੱਲਾਹ ਅੱਲਾਹ। ਗੁੜ ਮੈਂ ਸਾਰਿਆਂ ਨੂੰ ਦੇ ਛੱਡਿਆ, ਮੂੰਹ ਮਿੱਠਾ ਹੁੰਦਾ ਹੀ ਹੋਣਾ ਜਿੰਨੇ ਖਾਣਾ। ਗੁੜ ਲੈ ਲਿਆ, ਖਾਧਾ ਨਾ ਤਾਂ ਮੂੰਹ ਤਾਂ ਮਿੱਠਾ ਨਹੀਂ ਹੋਵੇ। ਤੋੜਾ ਭਰ ਕੇ ਸਿਰ 'ਤੇ ਰੱਖ ਲਓ। ਮਾਂ ਜੀ ਹਰ ਯਾਰਵੀਂ 'ਤੇ ਉਹਨਾਂ ਜ਼ਿਕਰ ਸਿੱਖਣਾ, ਭਲਾ ਯਾਦ ਕਰ ਖਾਂ ਕਿਤਨਾ ਕਿਤਨੀ ਵਾਰੀ ਕੀਤਾ ਹੀ ਸਿੱਖ ਲਿਆ ਨਾ। ਗੁੜ ਲੈ ਕੇ ਚਲਾ ਗਿਆ, ਖਾਧਾ ਹੈ ਹੀ ਨਹੀਂ। ਮਾਂ ਤਾਂ ਜੀ ਕਈ ਵਾਰੀ ਸਿੱਖਿਆ, ਮੇਰਾ ਤਾਂ ਚਾਲੂ ਹੋਇਆ ਹੀ ਨਹੀਂ ਵੀ ਅੱਲਾਹ ਤਾਂ ਵਾਅਦਾ, ਮੈਂ ਆਪਣੇ ਕੋਲ ਤਾਂ ਆਉਂਦਾ ਕੋਈ ਨਹੀਂ। ਜੋ ਮੇਰਾ ਜ਼ਿਕਰ ਕਰਤਾ ਹੈ ਮੈਂ ਉਸਕੋ ਮੰਗਣੇ ਵਾਲੋਂ ਸੇ ਜ਼ਿਆਦਾ ਦਿੱਤਾ, ਇਹ ਅੱਲਾਹ ਦਾ ਵਾਅਦਾ, ਇਹਦੇ 'ਤੇ ਸ਼ੱਕ ਹੀ ਕੋਈ ਨਹੀਂ। ਜ਼ਾਲਿਕਲ ਕਿਤਾਬ ਉਹ ਲਾ ਰਹਿਬਾ ਫੀ, ਜਿਹੜਾ ਸ਼ੱਕ ਕਰੇਗਾ ਤਾਂ ਮੁਸਲਮਾਨ ਨਹੀਂ। ਸ਼ੱਕ ਨਹੀਂ ਕਰਕੇ ਵੇ, ਕੋਈ ਮੁਸ਼ਕਲ ਹੈ, ਕੋਈ ਪਰੇਸ਼ਾਨੀ, ਕੋਈ ਜ਼ਰੂਰਤ ਹੈ, ਉਹ ਸੋਚ ਵੀ ਨਾ, ਤੂੰ ਜ਼ਿਕਰ ਕਰਦਾ ਰਹਿ। ਅੱਲਾਹ ਨੂੰ ਪਤਾ ਇਹਨੂੰ ਕੀ ਪਰੇਸ਼ਾਨੀ, ਅੱਲਾਹ ਨੂੰ ਪਤਾ ਇਹਨੂੰ ਕਿਹੜਾ ਦੁੱਖ ਹੈ। ਮੰਗਣੇ ਵਾਲੋਂ ਸੇ ਜ਼ਿਆਦਾ ਤਾਂ ਹੀ ਦੇਵੇਗਾ ਨਾ। ਸਾਨੂੰ ਕੋਈ ਨਹੀਂ ਪਤਾ ਕੱਲ੍ਹ ਸਾਨੂੰ ਕੀ ਜ਼ਰੂਰਤ ਪਾਉਣੀ, ਉਹਨੂੰ ਪਤਾ ਹੈ। ਤੂੰ ਜ਼ਿਕਰ ਕਰਦਾ ਰਹਿ, ਅੱਲਾਹ ਦੀ ਜ਼ਾਤ ਤੈਨੂੰ ਉਹ ਅਤਾ ਕਰ ਦੇ। ਅੱਲਾਹ 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 ਆਸਾਨ ਵੀ ਹੈ, ਔਖਾ ਵੀ ਕੋਈ ਨਹੀਂ, ਇਹਦੇ 'ਤੇ ਖਰਚਾ ਵੀ ਕੋਈ ਨਹੀਂ। ਦਾਤਾ ਸਾਹਿਬ ਫਰਮਾਉਂਦੇ ਨੇ ਜਾ ਜੰਗਲ 'ਚ ਬਹਿ ਜਾ, ਉੱਥੇ ਕਰਦਾ ਰਹੋ, ਦੁਨੀਆ ਕਮਾ ਕਮਾ ਕੇ ਉੱਥੇ ਤੇਰੇ ਕੋਲ ਲਿਆ। ਕਾਰੋਬਾਰ ਕਰਦੇ ਹੋ ਨਾ, ਨਾਲ ਜ਼ਿਕਰ ਕਰਦੇ ਹੋ, ਵੇਖੋ ਬਰਕਤ ਕਿਤਨੀ ਹੁੰਦੀ। ਦਿਲ ਵਿੱਚ ਪੜ੍ਹਨਾ ਨਾ, ਕਿਹੜਾ ਉੱਚਾ ਪੜ੍ਹਨਾ। ਅੱਲਾਹ ਨੂੰ ਪਤਾ ਕਿ ਬੰਦੇ ਕਿਸੇ ਨੂੰ ਪਤਾ ਵੀ ਲੱਗਦਾ। ਅੱਲਾਹ 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 ਫਕੀਰਨ ਆਏ ਸਦਾ ਕਰ ਚੱਲੇ, ਮੀਆਂ ਖੁਸ਼ ਰਹੋ ਹਮ ਦੁਆ ਕਰੋ।